ਥੋੜਾ ਜਿਹਾ ਸਮਾਂ ਤੁਹਾਡੇ ਚਰਨ ਪਰਸ਼ਨ ਵਾਸਤੇ ਸੁਭਾਗਾ ਕਰਿਓ ਕਿਰਪਾ। ਸਾਢੇ 11 ਵਜੇ ਮੈਂ ਸਮਾਪਤੀ ਕਰ ਦਾਂਗਾ, ਕਿਰਪਾ ਕਰਿਓ ਇੱਕ ਵਾਰੀ ਮਨ ਜਿਹੜੇ ਨੇ ਨਾ ਗੁਰੂ ਦੇ ਨੇੜੇ ਲਿਆਉਣ ਦਾ ਯਤਨ ਕਰਿਆ ਜੀ। ਧੰਨਵਾਦ ਕਰਦਾ ਪਰਮ ਪੂਜਿਆ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਰਾਮ ਸਿੰਘ ਸਾਹਿਬ, ਜਿਨ੍ਹਾਂ ਦੀ ਪ੍ਰੇਰਨਾ ਦਾ ਸਦਕਾ ਹਰ ਸਾਲ ਇਹ ਮਹਾਨ ਗੁਰਮਤਿ ਸਮਾਗਮ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਸੰਤ ਬਾਬਾ ਜੋਗਾ ਸਿੰਘ ਸਾਹਿਬ, ਸ਼ਹੀਦ ਬੁੰਗਾ ਨਾਨਕਸਰ ਸਾਹਿਬ, ਸ਼ਹੀਦ ਬਾਬਾ ਜੰਗ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਸੇਵਾਦਾਰ ਲੰਗਰ ਮਾਤਾ ਸਾਹਿਬ ਕੌਰ ਜੀ, ਉਹਨਾਂ ਦਾ ਧੰਨਵਾਦ ਹੈ ਕਿਉਂਕਿ ਉਹਨਾਂ ਦਾ ਬੜਾ ਸਹਿਯੋਗ ਹੈ। ਭੈਣਾਂ ਬੈਠੀਆਂ ਨੇ, ਮਾਤਾਵਾਂ ਬੈਠੀਆਂ ਨੇ, ਬੱਚੀਆਂ ਬੈਠੀਆਂ ਨੇ, ਮੇਰੇ ਬਜ਼ੁਰਗ ਬੈਠੇ ਨੇ, ਮੇਰੇ ਵੀਰ ਬੈਠੇ ਨੇ, ਜਿੰਨੇ ਵੀ ਸੇਵਾਦਾਰ ਇੱਥੇ ਹਾਜ਼ਰ ਨੇ ਕਰਿਓ ਕਿਰਪਾ। ਮਨ ਜਿਹੜੇ ਨੇ ਟਿਕਾਅ ਵਿੱਚ ਲਿਆਇਆ ਜੇ, ਸਹਿਜ ਵਿੱਚ ਲਿਆਇਆ ਜੇ। ਸੂਝਵਾਨ ਕਹਿੰਦੇ ਨੇ ਪ੍ਰੀਤ ਜਿਹੜੀ ਹੈ, ਪ੍ਰੀਤ ਚਾਰ ਤਰੀਕਿਆਂ ਦੀ ਹੁੰਦੀ ਹੈ, ਜਿਹੜਾ ਮਨ ਜੋੜਿਆ ਜੇ। ਪ੍ਰੀਤ ਆਪ ਤੋਂ ਛੋਟੇ ਨਾਲ ਹੋਵੇ ਤੇ ਸਨੇਹ ਬਣ ਜਾਂਦੀ ਹੈ। ਜਿਹੜਾ ਸਨੇਹ ਹੁੰਦਾ ਨਾ, ਉਹ ਕਿਸੇ ਚੀਜ਼ ਦੀ ਆਸ ਨਹੀਂ ਰੱਖਦਾ। ਮਾਂ ਨੂੰ ਪੁੱਤ ਨਾਲ ਸਨੇਹ ਹੁੰਦਾ ਤੇ ਮਾਂ ਦੁੱਧ ਦਿੰਦੀ, ਉਹਦੇ ਵਸਤਰ ਬਦਲਦੀ, ਉਹਦੇ ਕੱਪੜਿਆਂ ਦਾ ਧਿਆਨ ਕਰਦੀ ਹੈ। ਉਹਨੂੰ ਬੱਚੇ ਤੋਂ ਕੋਈ ਆਸ ਨਹੀਂ ਹੁੰਦੀ ਵੀ ਇਹ ਮੈਨੂੰ ਕੁਝ ਦੇਵੇ। ਇਸ ਪ੍ਰੀਤ ਨੂੰ ਸਨੇਹ ਕਹਿੰਦੇ ਨੇ। ਵਿਦਵਾਨ ਨੇ ਦੱਸਿਆ ਪ੍ਰੀਤ ਬਰੋਬਰ ਦੇ ਨਾਲ ਹੋ ਜਾਏ ਤੇ ਇਸ ਪ੍ਰੀਤ ਨੂੰ ਪ੍ਰੇਮ ਕਹਿੰਦੇ ਨੇ। ਇਹਦੇ ਵਿੱਚ ਵਿਚਾਰ ਵਟਾਂਦਰਾ ਬਰੋਬਰ ਦਾ ਹੁੰਦਾ ਹੈ। ਜੇ ਕੋਈ ਕਿਸੇ ਨੂੰ ਗਿਫਟ ਦਿੰਦਾ ਤੇ ਦੂਜਾ ਵੀ ਗਿਫਟ ਦਿੰਦਾ, ਆਸ ਰੱਖੀ ਜਾਂਦੀ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਤੇ ਪ੍ਰੀਤ ਕਿਸੇ ਵੱਡੇ ਨਾਲ ਹੋ ਜਾਏ ਤੇ ਇਹਨੂੰ ਸ਼ਰਧਾ ਕਹਿੰਦੇ ਨੇ। ਸੂਝਵਾਨ ਕਹਿੰਦੇ ਨੇ ਇਹ ਸ਼ਰਧਾ ਕਿਤੇ ਸਿਖਰ ਤੇ ਪਹੁੰਚ ਜਾਏ ਤੇ ਇਹ ਸ਼ਰਧਾ ਭਗਤੀ ਬਣ ਜਾਂਦੀ ਹੈ। ਤੇ ਜਦੋਂ ਭਗਤੀ ਸਿਖਰ ਨੂੰ ਛੂ ਜਾਏ ਤੇ ਮਨੁੱਖ ਜਿਹੜਾ ਹੈ ਉਹ ਪਰਿਪੂਰਨ ਪਰਮਾਤਮਾ ਦਾ ਰੂਪ ਬਣ ਜਾਂਦਾ। ਪ੍ਰੀਤ ਚਾਰ ਤਰ੍ਹਾਂ ਦੀ ਵਿਦਵਾਨਾਂ ਨੇ ਕੀਤੀ। ਆਸ਼ਕ ਜਿਹੜੇ ਹੁੰਦੇ ਨੇ ਉਹ ਕਦੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ, ਆਪਣੀਆਂ ਪ੍ਰੀਤਾਂ ਆਪਣੀ ਜ਼ਿੰਦਗੀ ਵਾਰ ਕੇ ਵੀ ਨਿਭਾ ਜਾਇਆ ਕਰਦੇ ਨੇ। ਗੁਰੂ ਦੀ ਸੰਗਤ, ਮੇਰੇ ਬਾਜਾਂ ਵਾਲੇ ਸਤਿਗੁਰੂ ਜਿਨ੍ਹਾਂ ਨੇ ਹਿੰਦੁਸਤਾਨ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਉਹ ਸੱਚੀ ਸਰਕਾਰ ਦੀ ਬਾਬਤ ਇੱਕ ਪੰਜਾਬੀ ਦੇ ਸ਼ਹਿਰ ਤੇ ਚਾਰ ਸਤਰਾਂ ਬਿਆਨ ਕੀਤੀਆਂ। ਉਹ ਕਹਿੰਦਾ ਮਹਾਬਲੀ ਬਹਾਰਾਂ ਦੇ ਜਨਮਦਾਤਾ, ਛੇੜਾ ਕਿਸ ਤਰ੍ਹਾਂ ਤੇਰੀ ਗੁਲਜ਼ਾਰ ਦੀ ਗੱਲ। ਮਹਾਬਲੀ ਬਹਾਰਾਂ ਦੇ ਜਨਮਦਾਤਾ, ਛੇੜਾ ਕਿਸ ਤਰ੍ਹਾਂ ਤੇਰੀ ਗੁਲਜ਼ਾਰ ਦੀ ਗੱਲ। ਉਹ ਫੁੱਲ ਸਾਰੀ ਕਾਇਨਾਤ ਦੇ ਟੁੱਟ ਪੈਣੇ, ਛਿੜੀ ਜਦੋਂ ਅਜੀਤ ਜੁਝਾਰ ਦੀ ਗੱਲ। ਬੁੱਢੇ ਅਰਸ਼ ਦੀ ਕਮਰ ਨਾ ਟੁੱਟ ਜਾਏ, ਤਾਈਓ ਛੇੜੀ ਨਹੀਂ ਅਜੇ ਦੀਵਾਰ ਦੀ ਗੱਲ। ਗੱਠ ਗੱਠ ਲਾਲੀਆਂ ਚੜ੍ਹਦੀਆਂ ਕਿਣਕਿਆਂ ਤੇ, ਉਹ ਛਿੜਦੀ ਜਦੋਂ ਵੀ ਤੇਰੇ ਪਰਿਵਾਰ ਦੀ ਗੱਲ। ਗੱਲਾਂ ਹੋਰ ਅਨੇਕ ਨੇ ਜੱਗ ਉੱਤੇ, ਜੱਗ ਤੋਂ ਵੱਖਰੀ ਤੇਰੇ ਪਰਿਵਾਰ ਦੀ ਗੱਲ। ਉਹ ਮੇਰੀ ਕਲਮ ਨਿਮਾਣੀ ਚ ਕੀ ਤਾਕਤ ਕੇ ਛੇੜ ਸਕਾਂ ਮੈਂ ਤੇਰੇ ਉਪਕਾਰ ਦੀ ਗੱਲ। ਮਹਾਬਲੀ ਕੁਰਬਾਨੀ ਦੇ ਮਹਾਸਾਗਰ, ਤੂੰ ਲਹਿਰ ਲਹਿਰ ਜਮਾਨੇ ਨੂੰ ਵੰਡ ਦਿੱਤੀ। ਦਿਲ ਕਿਸੇ ਪਾਸੇ, ਜਿਗਰ ਕਿਸੇ ਪਾਸੇ, ਭਰੀ ਝੋਲੀ ਤੂੰ ਪੁੱਤਾਂ ਦੀ ਛੱਡ ਦਿੱਤੀ। ਮੱਥੇ ਸ਼ਮਾ ਨੇ ਵੱਟ ਨਾ ਮੂਲ ਪਾਏ, ਭਾਵੇਂ ਆਸ਼ਕਾਂ ਸ਼ਮਾ ਨੂੰ ਵੰਡ ਦਿੱਤੀ। ਤੇਰੇ ਵਰਗਾ ਕੌਣ ਬਖਸ਼ੰਦ ਦਾਤਾ, ਅਸੀਂ ਤੋੜ ਦਿੱਤੀ ਤੇ ਤੂੰ ਵੰਡ ਦਿੱਤੀ। ਬੇਸ਼ੱਕ ਚੰਨ ਨੂੰ ਛੱਡ ਚਕੌਰ ਤੁਰ ਗਏ, ਬਿਜਲੀ ਟੁੱਟ ਕੇ ਪਈ ਮਹਤਾਬ ਉੱਤੇ, ਫੇਰ ਵੀ ਚੰਨਾ ਤੂੰ ਸਿੱਖਾਂ ਦੀ ਭਾਲ ਅੰਦਰ ਪਾਉਂਦਾ ਰਿਹਾ ਖਦਰਾਣੇ ਦੀ ਢਾਬ ਉੱਤੇ। ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ, ਸਰਸਾ ਨਦੀ ਤੇ ਆਏ, ਪਿੱਛੇ ਮੁਗਲ ਹਕੂਮਤ ਦੀ ਫੌਜ, ਅੱਗੇ ਸਰਸਾ ਦਾ ਵੇਗ ਹੈ। ਮੇਰੇ ਬਾਜਾਂ ਵਾਲੇ ਸਤਿਗੁਰੂ ਦਾ ਪਰਿਵਾਰ ਉਰਲੇ ਕਿਨਾਰੇ ਤੇ ਸਾਰਾ ਖੜੋਤਾ ਹੈ।
ਪਰ ਸਰਸਾ ਤੋਂ ਪਾਰ ਹੁੰਦਿਆਂ ਇਹ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਆਓ ਗੁਰੂ ਕੀ ਸੰਗਤ ਧਿਆਨ ਜੋੜਿਆ ਜੀ। ਸ਼ਾਇਰ ਕਹਿੰਦਾ ਵੀ ਸਰਸਾ ਨਦੀ ਤੇ ਵਰਤਿਆ ਇੰਜ ਭਾਣਾ, ਸਿੰਘ ਸਿੰਘਾਂ ਤੋਂ ਸੇਵਾਦਾਰ ਵਿਛੜੇ, ਦਸਮ ਪਿਤਾ ਤੋਂ ਵਿਛੜ ਗਈ ਮਾਤ ਗੁਜਰੀ, ਜੋਰਾਵਰ ਫਤਿਹ ਤੋਂ ਅਜੀਤ ਜੁਝਾਰ ਵਿਛੜੇ, ਸਫਰੀ ਕਿਹਾ ਪਿਤਾ ਦਸਮੇਸ਼ ਜੀ ਨੇ, ਉਹ ਭਾਵੇਂ ਸਾਰੇ ਦਾ ਸਾਰਾ ਪਰਿਵਾਰ ਵਿਛੜੇ, ਪਰ ਜਿਹੜੀ ਗਊ ਗਰੀਬ ਦੀ ਕਰੇ ਰਾਖੀ ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੇ। ਸਰਸਾ ਤੇ ਪਿਆ ਹੋਇਆ ਵਿਛੋੜਾ, ਬਾਜਾ ਵਾਲੇ ਸਤਿਗੁਰ ਦਾ ਪਰਿਵਾਰ ਜਿਵੇਂ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਉਹਦਾ ਵਰਣਨ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ। Thank you.
ਅੱਜ ਵੀਰਾਂ ਨਾਲੋਂ ਵੀਰ ਵਿਛੜੇ ਅੱਜ ਵੀਰਾਂ ਨਾਲੋਂ ਵੀਰ ਵਿਛੜੇ ਸਤਿਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੀਆਂ ਮਸੂਮ ਜ਼ਿੰਦਾ 80-82 ਸਾਲ ਦੀ ਬਜ਼ੁਰਗ ਮਾਂ ਦੇ ਨਾਲ ਗੰਗੂ ਦੇ ਖੇੜੀ ਪਿੰਡ ਪੁੱਜੇ ਚੰਦ ਮੋਹਰਾਂ ਦੇ ਲਾਲਚ ਵਿੱਚ ਆ ਕੇ ਗੰਗਾ ਰਾਮ ਨੇ ਕਹਿਰ ਕੀਤਾ ਇਹਨਾਂ ਨੂੰ ਗ੍ਰਿਫਤਾਰ ਕਰਵਾਇਆ ਇੱਕ ਰਾਤ ਮਰਿੰਡੇ ਥਾਣੇ ਵਿੱਚ ਰੱਖਿਆ ਗਿਆ ਗੁਰੂ ਕੀ ਸੰਗਤ ਅਗਲੇ ਦਿਨ ਇਹਨਾਂ ਨੂੰ ਸੂਬੇਦਾਰ ਵਜੀਦ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਸੂਬੇਦਾਰ ਵਜੀਦ ਖਾਨ ਨੇ ਹੁਕਮ ਕੀਤਾ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਧਿਆਨ ਜੋੜਿਆ ਜੇ ਗੁਰੂ ਕੀ ਸੰਗਤ ਉਹ ਠੰਡਾ ਬੁਰਜ ਜਿਹੜਾ ਧਰਤੀ ਦੀ ਸਤਹ ਤੋਂ ਬੜਾ ਉੱਚਾ ਹੈ ਸੂਝਵਾਨਾਂ ਨੇ ਲਿਖਿਆ ਉਸ ਵਕਤ ਇਹ ਧਰਤੀ ਤੋਂ 135 ਫੁੱਟ ਉੱਚਾ ਸੀ ਇਹਦੇ ਹੇਠ ਦੀ ਸਤਲੁਜ ਦਰਿਆ ਦੀ ਇੱਕ ਸ਼ਾਖ ਵਗਿਆ ਕਰਦੀ ਸੀ ਇਹ ਸਰਹੰਦ ਜਿਹੜਾ ਹੈ ਇਹਨੂੰ ਹਿੰਦੁਸਤਾਨ ਦਾ ਸਿਰ ਕਹਿੰਦੇ ਨੇ ਸਰ ਹਿੰਦ ਇਹ ਪੰਜਾਬ ਦੀ ਧਰਤੀ ਜਿਹੜਾ ਵੀ ਕੋਈ ਵੱਡਾ ਹਾਕਮ ਆਗਰੇ ਤੋਂ ਲਾਹੌਰ ਨੂੰ ਜਾਂਦਾ ਸੀ ਉਹ ਵੀ ਇੱਥੇ ਰੁਕਿਆ ਕਰਦਾ ਸੀ ਤੇ ਜਿਹੜਾ ਲਾਹੌਰ ਤੋਂ ਵਾਪਸ ਜਾਂਦਾ ਸੀ ਉਹ ਵੀ ਇਹ ਸਰਹੰਦ ਦੀ ਧਰਤੀ ਤੇ ਰੁਕਿਆ ਕਰਦਾ ਸੀ ਜਦੋਂ ਕਿਤੇ ਜੇਠ ਹਾੜ੍ਹ ਦਾ ਮਹੀਨਾ ਹੁੰਦਾ ਸੀ ਕਹਿਰ ਦੀ ਗਰਮੀ ਹੁੰਦੀ ਸੀ ਤੇ ਉਹਨਾਂ ਹਾਕਮਾਂ ਨੂੰ ਇਹ ਠੰਡੇ ਬੁਰਜ ਵਿੱਚ ਬਿਠਾਇਆ ਜਾਂਦਾ ਸੀ ਤੇ ਗਰਮੀਆਂ ਦੇ ਦਿਨਾਂ ਵਿੱਚ ਵੀ ਇਹ ਬੁਰਜ ਜਿਹੜਾ ਸੀ ਇਹ ਠੰਡਾ ਰਹਿੰਦਾ ਸੀ ਤੇ ਅੱਜ ਪੋਹ ਦੇ ਮਹੀਨੇ ਦੀ ਰਾਤ ਤਨ ਤੇ ਲੈਣ ਵਾਸਤੇ ਕੋਈ ਕੱਪੜਾ ਨਹੀਂ ਢਿੱਡੋਂ ਭੁੱਖਣ ਭਾਣੇ ਠੰਡੇ ਬੁਰਜ ਦੇ ਚਾਰੇ ਦਰਵਾਜ਼ੇ ਖੁੱਲ੍ਹੇ ਕਿਵੇਂ ਗੁਜ਼ਰੀ ਹੋਵੇਗੀ ਉਹ ਜਿਹੜੀ ਰਾਤ ਹੋਵੇਗੀ ਇੱਕ ਵਾਰੀ ਆਪਣੇ ਮਨਾਂ 'ਚ ਖਿਆਲ ਤੇ ਕਰਿਆ ਜੇ ਗੁਰੂ ਕੀ ਸੰਗਤ ਪੋਹ ਦਾ ਮਹੀਨਾ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ ਕਹਿਰ ਦੀ ਸਰਦੀ ਪੈ ਰਹੀ ਹੈ ਸ਼ਹਿਰ ਕਹਿੰਦਾ ਨਾ ਪੁੱਛੋ ਦੁਨੀਆ ਦੇ ਲੋਕ ਉਹ ਗਮ ਦੇ ਉਹ ਹਾਲਾਤ ਨਾ ਪੁੱਛੋ ਠੰਡੇ ਬੁਰਜ 'ਚ ਕਿਵੇਂ ਗੁਜ਼ਾਰੀ ਉਹ ਮਾਂ ਗੁਜ਼ਰੀ ਨੇ ਰਾਤ ਨਾ ਪੁੱਛੋ ਲੋਰੀਆਂ ਦੇ ਦੇ ਕਿਵੇਂ ਸੁਣਾਏ ਉਹ ਦੋ ਬੱਚਿਆਂ ਦੀ ਬਾਤ ਨਾ ਪੁੱਛੋ ਸਾਰੀ ਰਾਤ ਦੁੱਖਾਂ ਵਿੱਚ ਗੁਜ਼ਰੀ ਤੇ ਕਿਵੇਂ ਹੋਈ ਪ੍ਰਭਾਤ ਨਾ ਪੁੱਛੋ ਕਹਿੰਦੇ ਨੇ ਸੁੱਖਾਂ ਦੇ ਸਾਲ ਤੇ ਦੁੱਖਾਂ ਦੀਆਂ ਘੜੀਆਂ ਸਿਆਣੇ ਕਹਿੰਦੇ ਨੇ ਇੱਕ ਬਰਾਬਰ ਹੁੰਦੀਆਂ ਨੇ ਦੁੱਖਾਂ ਦੀਆਂ ਘੜੀਆਂ ਲੰਮੀਆਂ ਹੋ ਜਾਂਦੀਆਂ ਨੇ ਸੁੱਖਾਂ ਦੇ ਸਾਲ ਵੀ ਲੰਘਦੀਆਂ ਪਤਾ ਨਹੀਂ ਲੱਗਦਾ ਕਿਵੇਂ ਗੁਜ਼ਰੀ ਹੋਵੇਗੀ ਉਹ ਰਾਤ ਗੁਰੂ ਕੀ ਸੰਗਤ ਠੰਡਾ ਬੁਰਜ ਉਹਦਾ ਠੰਡਾ ਫਰਸ਼ ਚਾਰੇ ਦਰਵਾਜ਼ੇ ਖੁੱਲ੍ਹੇ ਠੰਡੀ ਹਵਾ ਪੋਹ ਦੇ ਮਹੀਨੇ ਦੀ ਰਾਤ ਠੰਡੇ ਬੁਰਜ ਨੇ ਵੇਖਿਆ ਉਹ ਠੰਡੇ ਬੁਰਜ ਨੇ ਵੀ ਉਸ ਮਾਂ ਨੂੰ ਆਖਿਆ ਮੈਂ ਇੰਨੀ ਠੰਡ ਵਰਤਾ ਦਿਆਂਗਾ ਇੰਨੀ ਠੰਡ ਵਰਤਾ ਦਿਆਂਗਾ ਤੇਰੇ ਪੋਤਿਆਂ ਨੂੰ ਇੰਨੇ ਕੁ ਠੰਡੇ ਕਰ ਦਿਆਂਗਾ ਕੱਲ੍ਹ ਦਾ ਸੂਰਜ ਚੜ੍ਹੇਗਾ ਇਹ ਜਦੋਂ ਕਚਹਿਰੀ ਵਿੱਚ ਜਾਣਗੇ ਨਾ ਇੰਨੇ ਠੰਡੇ ਕਰ ਦਿਆਂਗਾ ਜਾਂਦੇ ਸਾਰ ਇਸਲਾਮ ਦੇ ਧਾਰਨੀ ਹੋ ਜਾਣਗੇ ਪਰ 82 ਸਾਲ ਦੀ ਮਾਂ ਨੇ ਆਖਿਆ ਠੰਡਿਆ ਬੁਰਜਾ ਕਿਤੇ ਭੁਲੇਖੇ 'ਚ ਨਾ ਰਹਿ ਜਾਈ ਠੰਡਿਆ ਬੁਰਜਾ ਤੂੰ ਠੰਡ ਵਰਤਾ ਕੇ ਮੇਰੇ ਪੋਤਿਆਂ ਦੇ ਸਰੀਰ ਠੰਡੇ ਕਰ ਸਕਦੇ ਸਰੀਰ ਠੰਡਾ ਹੋ ਜਾਏ ਤੇ ਕੋਈ ਫਰਕ ਨਹੀਂ ਪੈਂਦਾ ਜਿਹੜੀ ਕੌਮ ਦਾ ਲਹੂ ਠੰਡਾ ਹੋ ਜਾਏ ਉਹ ਸੰਸਾਰ ਤੋਂ ਮਿਟ ਜਾਇਆ ਕਰਦੀ ਹੈ ਤੂੰ ਠੰਡ ਵਰਤਾ ਕੇ ਮੇਰੇ ਪੋਤਿਆਂ ਦੇ ਸਰੀਰ ਤੇ ਠੰਡੀ ਕਰ ਸਕਦੇ ਪਰ ਮੈਂ ਇਹਨਾਂ ਦਾ ਲਹੂ ਨਹੀਂ ਠੰਡਾ ਹੋਣ ਦਿਆਂਗੀ ਬੁਰਜ ਕਹਿੰਦਾ ਕਿਉਂ ਉਹ ਮਾਂ ਕਹਿੰਦੀ ਹੈ ਮੈਂ ਆਪਣੇ ਨਾਲ ਇੱਕ ਅੱਗ ਲੈ ਕੇ ਆਈ ਹਾਂ ਅੱਗ ਤੇ ਉਹ ਜਿਹੜੀ ਅੱਗ ਹੈ ਨਾ ਉਹ ਲਾਹੌਰ ਦੀ ਤੱਤੀ ਤਵੀ ਦੀ ਅੱਗ ਹੈ ਉਹ ਜਿਹੜੀ ਅੱਗ ਹੈ ਉਹ ਦਿੱਲੀ ਦੇ ਚਾਂਦਨੀ ਚੌਂਕ ਦੀ ਅੱਗ ਹੈ ਤੇ ਮੈਂ ਆਪਣੇ ਪੋਤਿਆਂ ਨੂੰ ਇੰਨਾ ਕੁ ਨਿਕ ਦਿਆਂਗੀ ਇੰਨਾ ਕੁ ਸੇਕ ਦਿਆਂਗੀ ਇੰਨਾ ਕੁ ਗਰਮ ਕਰਾਂਗੀ ਉਹ ਤੇਰੇ ਵਰਗਾ ਤੇ 1000 ਵੀ ਬੁਰਜ ਇਕੱਠਾ ਹੋ ਜਾਏ ਤੇ ਮੇਰੇ ਪੋਤੇ ਕਦੇ ਆਪਣੇ ਅਕੀਦੇ ਤੋਂ ਥਿਰਕ ਨਹੀਂ ਸਕਣਗੇ
ਜੋੜੇ ਅੱਜ ਮਨ ਗੁਰੂ ਕੀ ਸੰਗਤ 135 ਫੁੱਟ ਉੱਚਾ ਬੁਰਜ ਤਿੰਨ ਤਸਵੀਰਾਂ ਕੋਮਲ ਜਿੰਦਾ ਸੂਝਵਾਨ ਕਹਿੰਦੇ ਨੇ ਦੋ ਅਵਸਥਾ ਐਸੀਆਂ ਹੁੰਦੀਆਂ ਨੇ ਠੰਡ ਬੜੀ ਛੇਤੀ ਲੱਗ ਜਾਂਦੀ ਹੈ ਇੱਕ ਬੱਚਿਆਂ ਨੂੰ ਠੰਡ ਛੇਤੀ ਲੱਗ ਜਾਂਦੀ ਹੈ ਇੱਕ ਬਜ਼ੁਰਗਾਂ ਨੂੰ ਠੰਡ ਛੇਤੀ ਲੱਗ ਜਾਂਦੀ ਹੈ ਪਰ ਇਹ ਦੋਵੇਂ ਅਵਸਥਾ ਨੇ ਇੱਕ 7 ਤੇ 9 ਸਾਲ ਦੀ ਉਮਰ ਦੂਜੀ 80-82 ਸਾਲ ਦੀ ਬਜ਼ੁਰਗ ਹੈ ਆਓ ਅੱਜ ਦੋ ਨਾਲੇ ਮੌਤ ਨੂੰ ਵਿਆਹਣ ਆਏ ਜਿਹੜੇ ਸਰਹੰਦ ਦੀ ਧਰਤੀ ਤੇ ਆਏ ਨੇ ਠੰਡੇ ਬੁਰਜ ਵਿੱਚ ਜਿਵੇਂ ਕੈਦ ਕੀਤੇ ਨੇ ਉਹਦਾ ਵਰਣਨ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ
बाद सारी संगत गज के आखो सतनाम। सारी रात मां ने अपने बच्चों नूं अपनी बुकल विच लुको के लिख दिता, दिल चढ़िया पौड़ियां चढ़न की आवाज किसी के पैरों की आई, कौन है? सिपाही आया, आख्या मां तेरे पोतिया नूं कचहरी विच सद्या है। मां ने आख्या मेरे पोतिया ने कोई जुल्म नहीं किया, कोई पाप नहीं किया, कचहरी विच कहदे वास्ते जाने? कह लगा मैं हुक्म जाने वास्ते आया। यार जीते दोवें फरजंद, मां ने विदया कर दिते, शामां होईआं ते दोवें कचहरी चों वापस आए। भैणां बैठीआं ने, इत्थे दादियां भी बैठीआं होणगीआं, इत्थे मावां भी बैठीआं ने। जरा ध्यान करिआ जी, जिवें पहले दिन कोई बच्चा स्कूल विच भेजिआ जाए ना, ते पहले दिन उह बच्चा जिहड़ा वापस आएगा ना, सब तो पहला मां नूं लभदा है कि सब तो पहला मां नूं दसा भी मैं स्कूल विच करके की आया। मां किते गवांढियां दे घर विच भी बैठी होवे ना, ते बच्चे नूं पानी पीण दा शौक नहीं हुंदा, भावें जिन्नी मर्जी भुख लगी होवे, सब तो पहला मां नूं लभदा भी मां नूं दसा मैं अज करके की आया। ठंडे बुरज दीआं पौड़ियां चढ़े ना साहब ज्यादा फतेह सिंह, भज के मां नूं गलवकड़ी पाई, जोरावर सिंह ने गलवकड़ी पाई, बुक्कल विच लिया। उस बुढ़ी मां ने आखिया जोरावर सिंह कचहरी विच अपना कोई रिश्तेदार नहीं सी, कचहरी विच अपने नाल कोई तरस करन वाला नहीं सी, मैनू पता है कचहरी विच तुहाडे नाल कोई चंगा सलूक नहीं कीता होवेगा, पर फिर भी जोरावर सिंह पुछना चाहुंदी आं, इन्ना कुछ हुंदिया किते तेरा मन ते नहीं डोलिया? जोरावर सिंह कहिंदा मां एक बार मेरा मन डोल गया, बुक्कल विच लिया थाती। मां ने आख्या गुरु गोबिंद सिंह साहब का खून होवे ते तेरा मन क्यों डोल गया? कहिंदा मां जदों असीं कचहरी विच गए ना, ते उन्हां जालमां ने कीता पता की सी? उन्होंने वड्डा दरवाजा ते बंद कीता सी, एक छोटी खिड़की नूं खुला रखिया सी, उन्हां दे मन दा ख्याल सी। उह चाहुंदे सन जदों साहबजादे सिर रवा के अंदर आउणगे, तालियां बजा के कह देंगे गुरु गोबिंद सिंह साहब दे बच्चिआं ने मत्था टेक दित्ता है, उन्होंने इस्लाम प्रवान कर लिया। मां मैं पिछे सां, फतेह सिंह अगे सी, मैं वेखिया वड्डा दरवाजा बंद है, छोटी खिड़की खुली है, मैं क्या फतेह सिंह वेखी कितने पहला सिर नीवा ना कर दई। फतेह सिंह जे अज तेरा सिर नीवा हो गया, तेरा कल्ले दा सिर नीवा नहीं होवेगा, पूरी सिख कौम दा सिर नीवा हो जाएगा। फतेह सिंह जे अज तेरा सिर नीवा हो गया, अज तेरा कल्ले दा सिर नहीं झुकेगा, अज बाजा वाले सतगुरु दा सिर झुक जाएगा। पर मेरी मन दी खुशी दी कोई हद ना रही, जदों फतेह सिंह ने पहला अपने पैर अगे कीते ते फिर अपना शरीर अंदर कीता, बुक्कल विच लै थाती। मां ने आखिया तुहाडे वर्गे बच्चिआं तों इहो आस कीती जा सकदी है। आओ गुरु की संगत लास्ट पेशी है साहबजादियां दी, साहबजादियां नूं पता वापस नहीं आउणा, मां गुजरी नूं भी पता है इन्हां ने वापस नहीं आउणा। दोवें साहबजादे जदों तुरे ना ठंडे बुरज दीआं पौड़ियां उतरदे उतरदे फिर वापस मुड़ गए, गलवक्कड़ी पाई मां नूं, कहिंदे ने मां अगे ते रोज भेजदी सै अरदास करदी सै, पर अज तुसां ने अरदास नहीं कीती, पहला अरदास कर फिर असीं जावांगे। ते मां ने आख्या मैं अज अरदास नहीं करांगी, चले जाओ अज, अज तुहाडे सामने कुछ नहीं आखांगी। फिर भी जोरावर सिंह कहिंदा मां जदों तक अरदास नहीं करेंगी असीं कचहरी विच नहीं जावांगे, साडे सामने पहला अरदास कर। मां ने बुक्कल विच लै के आख्या बच्चिओ अज मैं तुहाडे सामने अरदास नहीं करांगी, चले जाओ जाओ, तुहाडे जाण तों बाद अज जिहड़ी अरदास करांगी ना, अज अरदास जिहड़ी है उस अकाल पुरख दे चरणां विच नहीं करांगी। ओए अज जिहड़ी अरदास
ਸੱਚ ਕਰਾਂਗੀ ਅੱਜ ਆਖਾਂਗੀ ਉਸ ਪਾਤਸ਼ਾਹ ਨੂੰ ਮੇਰੇ ਸਿਰ ਦੇ ਅਸਾਈਆਂ ਤੂੰ ਤੇ ਲੋਕਾਂ ਦਾ ਧਰਮ ਬਚਾ ਲਿਆ ਸੀ ਅੱਜ ਤੇ ਤੇਰੇ ਆਪਣੇ ਚੱਲੇ ਨੇ ਤੂੰ ਤੇ ਦੂਜਿਆਂ ਦਾ ਧਰਮ ਬਚਾਇਆ ਅੱਜ ਤੇ ਤੇਰੇ ਆਪਣੇ ਤੁਰੇ ਨੇ ਕ੍ਰਹਿਮਤ ਕਰਿਓ ਠੰਡੇ ਬੁਰਜ ਦੀਆਂ ਪੌੜੀਆਂ 'ਚ ਖੜੋਤੇ ਤੋਂ ਉੱਪਰ ਜਾਂਦ 80 ਸਾਲ ਦੀ ਮਾਂ ਠੰਡੇ ਬੁਰਜ ਦੇ ਦਰਵਾਜ਼ੇ 'ਚ ਖੜੋਤੀ ਹੈ ਗੁਰੂ ਕੀ ਸੰਗਤ ਵਿਛੋੜਾ ਪੈਣ ਲੱਗੇ ਦਾਦੀ ਤੇ ਪੋਤਿਆਂ ਦਾ ਮਾਂ ਨੂੰ ਪਤਾ ਵਾਪਸ ਨਹੀਂ ਆਉਣਾ ਪੋਤਿਆਂ ਨੂੰ ਪਤਾ ਅੱਜ ਅਸੀਂ ਵਾਪਸ ਨਹੀਂ ਆਉਣਾ ਸ਼ਹਿਰ ਦੀ ਦੇ ਵੀ ਤੁਰਪੇ ਦੋਵੇਂ ਲਾਡਲੇ ਉਹ ਜਦੋਂ ਫਤਿਹ ਬੁਲਾ ਕੇ ਜਾਂਦੀ ਵਾਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ ਮਾਂ ਉਡੀ ਕੰਗੇ ਅਸੀਂ ਸੱਚ ਖੰਡ ਵਿੱਚ ਜਾ ਕੇ ਪਰਨਾ ਆਉਣਾ ਅੰਮੀਏ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਅੰਮੀਏ ਨੀ ਅਸੀਂ ਔਸੀਆਂ ਪਾ ਕੇ ਸਾਡਾ ਜੀ ਨੀ ਲੱਗਣਾ ਸਾਡਾ ਜੀ ਨੀ ਲੱਗਣਾ ਮਾਂ ਛੇਤੀ ਆਉਣਾ ਪਰ ਨਹੀਂ ਤੇ ਰੁੱਸ ਜੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ ਲੋਰੀਆਂ ਦੇ ਦੇ ਅੰਮੀਏ ਉੱਥੇ ਕਿੰਨੇ ਸਲਾਉਣਾ ਤੇਰੀ ਗੋਦੀ ਬਾਜ ਨਾ ਸੱਚ ਖੰਡ ਵੀ ਪਾਉਣਾ ਮਾਵਾਂ ਬਾਜੋ ਲੱਗਦਾ ਏ ਮਾਂ ਸੁਰਗ ਰੋਣਾ ਬੁੱਢੀ ਮਾਂ ਉੱਠੀ ਠੰਡੇ ਬੁਰਜ ਦੀ ਦਰਵਾਜ਼ੇ ਦੀ ਦਲੀਜ ਨੂੰ ਪਕੜਿਆ ਉੱਠ ਖੜੋਤੀ ਮਾਂ ਕਹਿੰਦਾ ਵੀ ਸੁਣ ਕੇ ਮੂਰਤ ਪਿਆਰ ਦੀ ਉੱਠੀ ਬਲ ਲਾ ਕੇ ਉਹ ਵਿੱਚ ਦਿਲੀ ਜਾਂ ਜਾ ਖੜੀ ਬਾਹੀ ਹੱਥ ਪਾ ਕੇ ਰੱਗ ਦੀ ਮਮਤਾ ਤੜਫਦੀ ਬੁੱਲਾਂ ਤੱਕ ਆ ਕੇ ਪੀਲੇ ਹੰਝੂ ਅੰਦਰੇ ਉਸ ਦੀਕਾ ਲਾ ਕੇ ਦੇ ਦੇ ਤਾਬੂ ਸਬਰ ਦੇ ਰੱਖ ਦਰਦ ਦਬਾ ਕੇ ਭਾਣਾ ਮਾਨੀ ਅਕਾਲ ਦਾ ਬੋਲੀ ਮੁਸਕਾ ਕੇ ਕਹਿੰਦੀ ਚੱਲੋ ਮੇਰੇ ਹੀਰਿਓ ਮੈਂ ਮਗਰ ਹੀ ਆਵਾਂ ਪੁੱਤਾਂ ਦੇ ਬਿਨ ਜਿਉਂਦੀਆਂ ਕਦੇ ਸੁਣੀਆਂ ਮਾਵਾਂ ਮਾਂ ਪੁੱਤਾਂ ਦੀ ਸਾਂਝ ਜਿਵੇਂ ਚਾਨਣ ਪਰਛਾਵਾਂ ਉਹ ਤੋਰ ਘਰ ਦੀਆਂ ਰੌਣਕਾਂ ਤੇ ਮੈਂ ਸਵਰਗ ਵਸਾਵਾਂ ਜਿੱਧਰ ਜਾਂਦੇ ਹੰਸ ਉਧਰੇ ਜਾਂਦੀਆਂ ਸ਼ਾਮਾਂ ਖਿਆਲ ਆਇਆ ਗੁਲਾਬ ਦੇ ਫੁੱਲਾਂ ਵਰਗੇ ਚਿਹਰੇ ਮੌਤ ਦੀ ਘੋੜੀ ਚੜ੍ਹਨ ਵਾਸਤੇ ਤੁਰੇ ਨੇ ਸੂਚ ਕੰਨ ਕਹਿੰਦੇ ਨੇ ਜੇ ਕਿਤੇ ਜ਼ਿਆਦਾ ਖੁਸ਼ੀ ਹੋ ਜਾਏ ਨਾ ਤੇ ਵਿਛੜੇ ਯਾਦ ਆ ਜਾਂਦੇ ਨੇ ਜੇ ਜ਼ਿਆਦਾ ਦੁੱਖ ਬਣ ਜਾਏ ਫਿਰ ਵੀ ਵਿਛੜੇ ਯਾਦ ਆ ਜਾਂਦੇ ਨੇ 2.5 ਸਾਲ ਦਾ ਫਤਿਹ ਸਿੰਘ ਸੀ ਜਦੋਂ ਮਾਂ ਜੀਤੋ ਇਹਨੂੰ ਮਾਂ ਗੁਜਰੀ ਦੀ ਝੋਲੀ ਵਿੱਚ ਪਾ ਕੇ ਆਪ ਸੱਚਖੰਡ ਚਲੀ ਗਈ ਕਿੰਨੀਆਂ ਘਰਾਤਾਂ ਇਹਦੇ ਨਾਲ ਜਾ ਕੇ ਇਕੱਠੀਆਂ ਹੋਣਗੀਆਂ ਮਾਂ ਗੁਜਰੀ ਜੀ ਨੇ ਕਿੰਨੀਆਂ ਗਲੋਰੀਆਂ ਦਿੱਤੀਆਂ ਹੋਣਗੀਆਂ ਕਿੰਨੀਆਂ ਕੁ ਸਾਖੀਆਂ ਸੁਣਾਈਆਂ ਹੋਣਗੀਆਂ ਅੱਜ ਉਹ ਫਤਿਹ ਸਿੰਘ ਜਿਹੜਾ 7 ਸਾਲ ਦਾ ਹੋ ਗਿਆ ਮੌਤ ਦੀ ਘੋੜੀ ਚੜ੍ਹਨ ਵਾਸਤੇ ਤੁਰਿਆ ਤੇ ਮਾਂ ਗੁਜਰੀ ਨੂੰ ਵਿਛੜੀ ਹੋਈ ਨੂੰ ਜੀਤੋ ਰਾਣੀ ਯਾਦ ਆਈ ਆਵਾਜ਼ ਦਿੱਤੀ ਕਹਿੰਦੀ ਆ ਜਾ ਜੀਤੋ ਰਾਣੀਏ ਨੀ ਲੈ ਮਿੰਟੀ ਉਧਾਰੇ ਆ ਵੇਖ ਲੈ ਮੇਰੀ ਇਹ ਬੱਚੀਏ ਨੀ ਚੰਨ ਚੜ੍ਹਦੇ ਖਾਰੇ ਸਿਰ ਕਿੰਨੇ ਲੱਗਦੇ ਨੀ ਇਸ ਉਮਰ ਪਿਆਰੇ ਅੱਜ ਅੰਬਰ ਚੋਂ ਟੁੱਟਣਗੇ ਦੋ ਅਰਸ਼ੀ ਤਾਰੇ ਚਾਨਣ ਚਾਨਣ ਹੋਣਗੇ ਬ੍ਰਹਿਮੰਡ ਵੀ ਸਾਰੇ ਹੁਣ ਜਾਓ ਮੇਰੇ ਬੱਚਿਓ ਕਿਉਂ ਲਾਉਂਦੇ ਦੇਰੀ ਮਰਦਾਂ ਦੀ ਨਿਤੋਂ ਦੀ ਪਤਵਾਟ ਲੰਬੇਰੀ ਲੁੱਟਣ ਪਾ ਦੀ ਸੱਚ ਦੇ ਤੱਕ ਮੀਂਹ ਹਨੇਰੀ ਚੰਨ ਚੁੰਮਦੀਆਂ ਮੰਜ਼ਲਾਂ ਔੜਕ ਦੀ ਵੇਰੀ ਸ਼ਗਨ ਮਨਾਵੇ ਮੌਤ ਵੀ ਮਰਦਾਂ ਦੀ ਚੇਰੀ ਸਾਹਿਬਜ਼ਾਦੇ ਕਚਹਿਰੀ ਵਿੱਚ ਪੁੱਜੇ ਫਤਿਹ ਬੁਲਾਈ ਹੁਕਮ ਹੋਇਆ ਇਹਨਾਂ ਨੂੰ ਜਿਉਂਦਿਆਂ ਨੀਂਹ ਵਿੱਚ ਚਿਣ ਦਿੱਤਾ ਜਾਏ ਗੱਲ ਨੂੰ ਮੁਕਾ ਦਿਆਂ ਗੁਰੂ ਕੀ ਸੰਗਤ ਦੋ ਫਰਜੰਦ ਨੀਂਹ ਵਿੱਚ ਖੜੋ ਗਏ ਯਾਦ ਰੱਖਿਆ ਜੇ ਨੀਂਹ ਤੇ ਜੜ ਇੱਕੋ ਚੀਜ਼ ਹੁੰਦੀ ਹੈ ਜੜ ਦਰਖਤ ਦੀ ਹੁੰਦੀ ਹੈ ਤੇ ਨੀਂਹ ਮਕਾਨ ਦੀ ਹੁੰਦੀ ਹੈ ਜੇ ਮਕਾਨ ਦੀ ਨੀਂਹ ਕਮਜ਼ੋਰ ਹੋਵੇ ਉਹ ਮਕਾਨ ਬਹੁਤੀ ਦੇਰ ਤੱਕ ਰਹਿ ਨਹੀਂ ਸਕਦਾ ਜਿਹੜੇ ਦਰਖਤ ਦੀ ਜੜ ਕਮਜ਼ੋਰ ਹੋਵੇ ਉਹ ਦਰਖਤ ਵੀ ਬਹੁਤੀ ਦੇਰ ਤੱਕ ਰਹਿ ਨਹੀਂ ਸਕਦਾ ਫਿਰ ਬਾਜਾਂ ਵਾਲੇ ਸਤਿਗੁਰੂ ਨੇ ਐਸਾ ਮਹਿਲ ਸਿੱਖੀ ਦਾ ਉਸਾਰਿਆ ਇਹਦੇ ਵਿੱਚ ਆਪਣੇ ਪੁੱਤਰ ਚਿਣ ਦਿੱਤੇ ਤਾਂ ਕਿ ਸਿੱਖੀ ਦੇ ਮਹਿਲ ਦੀ ਨੀਂਹ ਜਿਹੜੀ ਹੈ ਇਹ ਕਮਜ਼ੋਰ ਨਾ ਹੋ ਜਾਏ ਗੁਰੂ ਕੀ ਸੰਗਤ ਸ਼ਹਾਦਤ ਦਾ ਜੰਮ ਪੀਤਾ ਬੱਚਿਆਂ ਨੇ
ਮਾਂ ਗੁਜ਼ਰੀ ਸ਼ਹਾਦਤ ਦਾ ਜੰਮ ਪੀਤਾ ਅੱਜ ਤਿੰਨ ਲਾਸ਼ਾਂ ਠੰਡੇ ਬੁਰਜ ਦੇ ਪਿਛਲੇ ਪਾਸੇ ਸੁੱਟ ਦਿੱਤੀਆਂ ਗਈਆਂ ਪੂਰਾ ਸ਼ਹਿਰ ਬੰਦੇ ਲੋਕ ਮੂੰਹ ਵਿੱਚ ਉਂਗਲਾਂ ਲੈ ਲੈ ਕੇ ਰੋ ਰਹੇ ਨੇ ਪਰ ਸੂਬੇਦਾਰ ਤੋਂ ਡਰਦਾ ਕੋਈ ਸਾਹਮਣੇ ਨਹੀਂ ਆ ਰਿਹਾ ਇਸੇ ਸ਼ਹਿਰ ਦਾ ਵਾਸੀ ਹੈ ਸੇਠ ਟੋਟਰਮਲ ਬੜਾ ਧਨਾੜ ਸਿੱਖ ਹੈ ਕਦੇ ਸਰਹੰਦ ਦਾ ਗਵਰਨਰ ਹੁੰਦਾ ਸੀ ਅੱਜ ਉਹਦੇ ਮਨ ਵਿੱਚ ਇੱਕ ਖਿਆਲ ਆਇਆ ਤੱਕੇ ਉਹ ਕੀ ਕਹਿੰਦਾ ਕਹਿੰਦਾ ਵੀ ਟੋਡਰ ਮਲ ਗੁਰੂ ਦਾ ਸੇਵਕ ਇਹ ਖਿਆਲ ਉਹਦੇ ਦਿਲ ਵਿੱਚ ਆਏ ਉਹ ਗੁਰੂ ਜੀ ਨੇ ਹਿੰਦੂਆਂ ਦੇ ਅਸੀਂ ਬੁੱਝੇ ਹੋਏ ਦੀਪ ਜਗਾਏ ਉਹ ਗੁਰੂ ਜੀ ਨੇ ਸਾਡੀ ਖਾਤਰ ਆਪਣੇ ਚਾਰੇ ਪੁੱਤ ਕੁਹਾਏ ਉਹਦੀ ਮਾਤਾ ਉਹਦੇ ਪੁੱਤਰ ਉਹ ਲਾਸ਼ਾਂ ਰੁਲਦੀਆਂ ਫਿਰਦੀਆਂ ਹਾਏ ਜਿਸ ਨੇ ਪੱਤ ਵਤਨ ਦੀ ਢੱਕੀ ਉਹ ਅੱਜ ਵੇਲੇ ਸਿਰ ਆ ਨਹੀਂ ਸਕਿਆ ਮਾਂ ਪੁੱਤਾਂ ਦੀਆਂ ਲਾਸ਼ਾਂ ਉੱਤੇ ਦੋ ਗਜ ਕੱਪੜਾ ਪਾ ਨਹੀਂ ਸਕਿਆ ਇਹ ਭਾਰਤ ਸੋਨਿਆਂ ਦੀ ਚਿੜੀਆ ਮੈਂ ਗੱਲ ਲੁਕੋ ਨਹੀਂ ਸਕਦਾ ਕਿ ਕੁੱਲ ਭਾਰਤ ਤੋਂ ਤਿੰਨ ਲਾਸ਼ਾਂ ਦੇ ਸੰਸਕਾਰ ਵੀ ਹੋ ਨਹੀਂ ਸਕਦਾ ਸੂਬੇਦਾਰ ਦੀ ਕਚਹਿਰੀ ਵਿੱਚ ਪੁੱਜਿਆ ਤਰਲਾ ਕੀਤਾ ਮਿਹਨਤ ਕੀਤੀ ਟੋਡਰ ਮਲ ਨੇ ਇਉਂ ਸੋਚਿਆ ਉਹ ਲਾਸ਼ਾਂ ਦਾ ਸਤਿਕਾਰ ਹੋਏਗਾ ਇੱਕ ਦਾਦੀ ਤੇ ਦੋ ਪੋਤੀਆਂ ਦਾ ਅੰਗੀਠਾ ਅੱਜ ਤਿਆਰ ਹੋਏਗਾ ਸੂਬੇ ਕਿਆ ਵਿਛਾਵੋ ਮੋਹਰਾ ਉਹ ਧਰਤੀ ਦਾ ਵਪਾਰ ਹੋਏਗਾ ਜਿੰਨਾ ਥਾਂ ਖਰੀਦ ਸਕੋਗੇ ਓਨੇ ਤੇ ਸੰਸਕਾਰ ਹੋਏਗਾ ਸੂਬੇਦਾਰ ਕਹਿੰਦਾ ਜੇ ਸੰਸਕਾਰ ਵਾਸਤੇ ਥਾਂ ਚਾਹੁੰਦੇ ਹੋ ਧਰਤੀ ਮੁੱਲ ਖਰੀਦਣੀ ਪਵੇਗੀ ਸੇ ਟੋਡਰ ਮਲ ਘਰ ਪੁੱਜਿਆ ਘਰ ਵਿੱਚ ਦੀ ਜਵਾਨ ਬੱਚੀ ਉਹਦਾ ਵਿਆਹ ਰੱਖਿਆ ਹੋਇਆ ਗੁਰੂ ਕੀ ਸੰਗਤ ਘਰ ਚੋਂ ਮੋਹਰਾਂ ਇਕੱਠੀਆਂ ਕੀਤੀਆਂ ਲਿਆ ਕੇ ਧਰਤੀ ਤੇ ਵਿਛਾ ਦਿੱਤੀਆਂ ਮੋਹਰਾਂ ਵਿਛਕੀਆਂ ਸੂਬੇਦਾਰ ਵਜੀਦ ਖਾਨ ਨੇ ਵੇਖਿਆ ਸੋਚਣ ਲੱਗਾ ਇਹਦਾ ਮਤਲਬ ਇਹ ਸਿੱਖ ਕੋ ਬੜੀਆਂ ਮੋਹਰਾਂ ਨੇ ਸਾਫ਼ ਮੁੱਕਰ ਗਿਆ ਕਹਿੰਦਾ ਮੈਂ ਮੋਹਰਾਂ ਵਿਛਾਉਣ ਲਈ ਨਹੀਂ ਆਖਿਆ ਸੀ ਜੇ ਤੁਹਾਨੂੰ ਸੰਸਕਾਰ ਵਾਸਤੇ ਥਾਂ ਚਾਹੀਦਾ ਇਹ ਸੋਨੇ ਦੀਆਂ ਮੋਹਰਾਂ ਖੜੀਆਂ ਕਰਨੀਆਂ ਪੈਣਗੀਆਂ ਸੇਠ ਟੋਡਰ ਮਲ ਸੋਚ ਵਿੱਚ ਪੈ ਗਿਆ ਕੋਲ ਦੀ ਜਵਾਨ ਪੁੱਤਰੀ ਖੜੋਤੀ ਘਰ 'ਚ ਵਿਆਹ ਰੱਖਿਆ ਹੋਇਆ ਉਹਨੇ ਇੱਕ ਗੱਲ ਕੀਤੀ ਆਪਣੇ ਬਾਪੂ ਦੇ ਨਾਲ ਜਿਹੜਾ ਧਿਆਨ ਕਰੇ ਅਜੇ ਉਹ ਕਹਿੰਦੀ ਇਹ ਕਮੀਨੇ ਬੇਜ਼ੁਬਾਨੇ ਉਹ ਦੇਖੋ ਕਿਸ ਤਾਂ ਆ ਕੇ ਬੁਕਰੇ ਮੋਹਰਾਂ ਐਸੀ ਵਿਛਾਈਆਂ ਥਾਂ ਤੇ ਇਹ ਮੋਹਰਾਂ ਵਿਸ਼ਵਾ ਕੇ ਬੁਕਰੇ ਉਹ ਜਿਲਦ ਕੁਰਾਨ ਦੀ ਗਊ ਆਟੇ ਦੀ ਇਹ ਕਿਲੇ ਦੇ ਬਾਹਰ ਟਿਕਾ ਕੇ ਬੁਕਰੇ ਜਾਣੇ ਘਰ ਖਾਲੀ ਹੋ ਜੂ ਗੁਰੂ ਦੇਵੇਗਾ ਬੜੀਆਂ ਮੋਹਰਾਂ ਫਿਰ ਟੋਡਰ ਮਲ ਨੇ ਘਰੋਂ ਲਿਆ ਕੇ ਕਰ ਦਿੱਤੀਆਂ ਸੀ ਖੜੀਆਂ ਮੋਹਰਾਂ ਅੱਜ ਦੁਨੀਆਂ ਤੇ ਵੇਖ ਲਿਓ ਜੇ ਕੋਈ ਮਹਿੰਗਾ ਥਾਂ ਹੈ ਨਾ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੈ ਯਾਦ ਰੱਖਿਆ ਜੇ ਗੁਰੂ ਦੀ ਸੰਗਤ ਅਮਰੀਕਾ ਵਾਲੇ ਕਹਿੰਦੇ ਨੇ ਸਾਡੀ ਧਰਤੀ ਮਹਿੰਗੀ ਹੈ ਕੈਨੇਡਾ ਵਾਲੇ ਕਹਿੰਦੇ ਨੇ ਸਾਡੀ ਧਰਤੀ ਮਹਿੰਗੀ ਹੈ ਡਾਲਰਾਂ 'ਚ ਵਿਕਦੀ ਹੈ ਇਟਲੀ ਵਾਲੇ ਕਹਿੰਦੇ ਨੇ ਸਾਡੀ ਧਰਤੀ ਮਹਿੰਗੀ ਹੈ ਯੂਰੋ 'ਚ ਵਿਕਦੀ ਹੈ ਇੰਗਲੈਂਡ ਵਾਲੇ ਕਹਿੰਦੇ ਸਾਡੀ ਧਰਤੀ ਮਹਿੰਗੀ ਹੈ ਪੌਂਡਾਂ 'ਚ ਵਿਕਦੀ ਹੈ ਇਹ ਗੁਰੂ ਕੀ ਸੰਗਤ ਉਹ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਜਿਹੜੀ ਥਾਂ ਸਭ ਜਾਤਿਆਂ ਦੇ ਸੰਸਕਾਰ ਵਾਸਤੇ ਮੁੱਲ ਖਰੀਦੀ ਜਿਹੜੀਆਂ ਮੋਹਰਾਂ ਸੇਠ ਟੋਡਰ ਮਲ ਨੇ ਸੋਨੇ ਦੀਆਂ ਖੜੀਆਂ ਕੀਤੀਆਂ ਉਹਨਾਂ ਮੋਹਰਾਂ ਦੀ ਕੀਮਤ ਉਦੋਂ 1,18,56,000 ਰੁਪਈਆ ਸੀ 1,18,56,000 ਰੁਪਈਏ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਮੁੱਲ ਖਰੀਦੀ ਤਿੰਨ ਅਰਥੀਆਂ ਤਿਆਰ ਕੀਤੀਆਂ ਦੁਨੀਆਂ ਦੇ ਲੋਕੋ ਤਿੰਨ ਅਰਥੀਆਂ ਤਿਆਰ ਹੋਣ ਚੁੱਕਣ ਵਾਸਤੇ 12 ਬੰਦੇ ਚਾਹੀਦੇ ਨੇ ਪਰ ਕੋਈ ਇਹਨਾਂ ਦੇ ਨਾਲ ਜਾਣ ਵਾਸਤੇ ਤਿਆਰ ਨਾ ਹੋਇਆ ਚਾਰ ਮਜ਼ਦੂਰ ਮੁੱਲ ਖਰੀਦੇ ਸੇਠ ਟੋਡਰ ਮਲ ਨੇ ਜਿਨ੍ਹਾਂ ਨੇ ਮਾਂ ਗੁਜਰੀ ਦੇ ਪਾਵਨ ਪਵਿੱਤਰ ਵਿਵਾਹ ਨੂੰ ਚੁੱਕਿਆ ਵੱਡੇ ਸਾਹਿਬਜ਼ਾਦੇ ਦੀ ਲਾਸ਼ ਨੂੰ ਆਪ ਚੁੱਕਿਆ ਛੋਟੇ ਸਾਹਿਬਜ਼ਾਦੇ ਦੀ ਲਾਸ਼ ਨੂੰ ਸੇਠ ਟੋਡਰ ਮਲ ਦੀ ਘਰ ਵਾਲੀ ਨੇ ਚੁੱਕਿਆ ਦੁਨੀਆਂ ਦੇ ਲੋਕ ਕੋਈ ਗਰੀਬ ਤੋਂ ਗਰੀਬ ਬੰਦਾ ਵੀ ਸੰਸਾਰ ਤੋਂ ਤੁਰ ਜਾਏ 100-50 ਬੰਦੇ ਤੇ ਉਹਦੇ ਪਿੱਛੇ ਵੀ ਤੁਰ ਪੈਂਦੇ ਨੇ ਪਰ ਹਿੰਦੁਸਤਾਨ ਦਾ ਡੁੱਬਦਾ ਬੇੜਾ ਬਚਾਉਣ ਵਾਲੇ ਮੇਰੇ ਬਾਝਾਂ ਵਾਲੇ ਸਤਿਗੁਰ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਸੰਸਕਾਰ ਹੁਣ ਤੁਰਿਆ ਕੇਵਲ 6 ਰੂਹਾਂ ਨਾਲ ਤੁਰੀਆਂ ਅੱਜ ਜਿੱਥੇ ਜੋਤੀ ਸਰੂਪ ਹੈ ਗੁਰੂ ਕੀ ਸੰਗਤ ਹੈ ਇੱਥੇ ਲਾਸ਼ਾਂ ਧਰੀਆਂ ਚਿਖਾ ਤਿਆਰ ਕੀਤੀ
फिर चिखा दे उपर मां गुजरी जी दे पावन शरीर नु टिकाया गया ओदे सज्जे पासे सब ज्यादा जोरा भर सिंह नु पाया ओदे खब्बे पासे सब ज्यादा फतेह सिंह नु लटाया मुंह ते कपड़ा देण तो पहला सेठ टोटर मल दी तह निकली आवाज आई ए मेरे बाजा वाले आ सतगुरु इन्हां दे मुंह ते कपड़ा पाउण लगा ਜਾਂਦੀ ਵਾਰੀ ਬੱਚਿਆਂ ਦੇ ਸਿਰ ਤੇ ਪਿਆਰ ਤੇ ਦੇ ਦੇ ਬਾਜਾਂ ਵਾਲੇ ਸਤਿਗੁਰੂ ਉਹ ਮਾਂ ਜਿਹਨੇ ਹਿੰਦੁਸਤਾਨ ਵਾਸਤੇ ਸਰਵੰਸ ਕੁਰਬਾਨ ਕੀਤਾ ਉਹ ਅਮਲੀ ਤੁਰ ਗਈ ਏ ਜਾਂਦੀ ਵਾਰੀ ਉਹਦੇ ਦੀਦਾਰ ਤੇ ਕਰ ਲੈ ਜਾਂਦੀ ਵਾਰੀ ਇੱਕ ਵਾਰ ਇਹਨਾਂ ਬੱਚਿਆਂ ਨੂੰ ਵੇਖਦੇ ਸਹੀ ਉਹ ਤੇਰੇ ਨਾਲ ਸਿੱਖੀ ਦੇ ਮਹਿਲ ਦੀਆਂ ਨੀਹਾਂ ਕਿੰਨੀਆਂ ਕੁ ਪੱਕੀਆਂ ਕਰਕੇ ਗਏ ਨੇ ਸੇਠ ਟੋਟਰਮਲ ਜੋ ਕੁਛ ਕਹਿੰਦਾ ਆ ਲੈ ਨਾ ਕਹਿ ਕੇ ਤੁਹਾਡੇ ਤੋਂ ਹਿਮਾਂ ਦਾ ਚਾਚ ਕੋ ਵਾ ਆਓ ਗੁਰੂ ਕੀ ਸੰਗਤ ਇੱਕ ਵਾਰ ਧਿਆਨ ਜੋੜ ਕੇ ਸਰਵਣ ਕਰਿਆ
ਸਮਾਪਤੀ ਵੱਲ ਵੱਧ ਗਿਆ। ਅੰਤ ਵਿੱਚ ਇੱਕ ਬੇਨਤੀ ਕਰਾਂ ਗੁਰੂ ਕੀ ਸੰਗਤ, ਉਹ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 25, 26 ਤੇ 27 ਇਹ ਦਿਨ ਜਿਹੜੇ ਨੇ ਸਾਹਿਬਜ਼ਾਦਿਆਂ ਦੀ ਪਾਵਨ ਪਵਿੱਤਰ ਸ਼ਹੀਦੀ ਦੇ ਦਿਨ ਮਨਾਏ ਜਾ ਰਹੇ ਨੇ, ਜ਼ਰੂਰ ਜਾਇਆ ਜੇ ਗੁਰੂ ਕੀ ਸੰਗਤ। ਜਦੋਂ ਤੁਸੀਂ ਜਾ ਕੇ ਬੈਠੋਗੇ ਨਾ ਠੰਡੇ ਬੁਰਜ ਦੇ ਕੋਲ, ਉਹ ਮਾਂ ਬੜੀ ਖੁਸ਼ ਹੋਵੇਗੀ, ਮਾਂ ਦੇ ਮਨ ਵਿੱਚ ਖਿਆਲ ਆਵੇਗਾ। ਉਦੋਂ ਤੇ ਮੈਂ ਕੇਵਲ ਦੋ ਪੋਤਿਆਂ ਨੂੰ ਲੈ ਕੇ ਬੈਠੀ ਸਨ ਤੇ ਦੋ ਪੋਤੇ ਮੈਂ ਤੋੜ ਕੇ ਸ਼ਹੀਦ ਕਰਵਾਏ, ਤੇ ਅੱਜ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਮੇਰੇ ਪੁੱਤ ਤੇ ਮੇਰੀਆਂ ਧੀਆਂ ਜਿਹੜੀਆਂ ਨੇ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੱਥਾ ਟੇਕਣ ਆਈਆਂ। ਮੈਂ ਦੋ ਭੇਜੇ ਸਨ, ਕੌਮ ਤੋਂ ਵਾਰੇ ਸਨ, ਤੇ ਲੱਖਾਂ ਦੀ ਗਿਣਤੀ ਵਿੱਚ ਮੇਰੇ ਪੁੱਤ ਤੇ ਧੀਆਂ ਆਏ ਨੇ, ਬੜੀ ਖੁਸ਼ ਹੋਵੇਗੀ ਗੁਰੂ ਕੀ ਸੰਗਤ। ਸੋ ਆਓ, ਸੰਗਤਾਂ ਦਾ ਧੰਨਵਾਦ ਕਰਦਾ, ਸਾਰੇ ਚੈਨਲਾਂ ਵਾਲਿਆਂ ਦਾ ਧੰਨਵਾਦ ਕਰਦਾ, ਬਾਬਾ ਗੁਰਮੀਤ ਸਿੰਘ ਜੀ ਦਾ ਧੰਨਵਾਦ ਹੈ, ਗੁਰੂ ਦੀਆਂ ਸੰਗਤਾਂ ਦਾ ਧੰਨਵਾਦ ਹੈ। ਬੇਨਤੀ ਕਰਾਂ ਤੁਹਾਡੇ ਚਰਨਾਂ ਦੇ ਵਿੱਚ ਸਾਰੀ ਸੰਗਤ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਸਤਿਗੁਰੂ ਰਹਿਮਤ ਦੇ ਘਰ ਵਿੱਚ ਆ ਕੇ ਸੰਤ ਬਾਬਾ ਰਾਮ ਸਿੰਘ ਸਾਹਿਬ ਜੀ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ, ਉਹਨਾਂ ਨੂੰ ਦੇਹ ਅਰੋਗਤਾ ਬਖਸ਼ਿਸ਼ ਕਰਨ ਪਾਤਸ਼ਾਹ, ਤਾਂ ਕਿ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ। ਸਾਉਣ ਵਾਲੇ ਵੀਰ ਜੀ ਦਾ ਧੰਨਵਾਦ ਹੈ, ਔਰ ਮੇਰੇ ਸਤਿਕਾਰਯੋਗ ਪੰਨੂ ਸਾਹਿਬ ਐਡਵੋਕੇਟ ਦਾ ਧੰਨਵਾਦੀ ਹਾਂ, ਵੀਰ ਜਿੰਦਰ ਸਿੰਘ ਜੀ ਬੈਠੇ ਨੇ ਉਹਨਾਂ ਦਾ ਧੰਨਵਾਦ ਹੈ, ਸਰਦਾਰ ਅਮਰਜੀਤ ਸਿੰਘ ਜੀ ਬੈਠੇ ਨੇ ਉਹਨਾਂ ਦਾ ਧੰਨਵਾਦ ਹੈ, ਸਤਿਕਾਰਯੋਗ ਸਰਦਾਰ ਤਰਨਜੀਤ ਸਿੰਘ ਜੀ ਉਹਨਾਂ ਦਾ ਧੰਨਵਾਦੀ ਹਾਂ, ਸਮੁੱਚੀਆਂ ਸੰਗਤਾਂ ਦਾ, ਸਮੁੱਚੇ ਪ੍ਰਬੰਧਕਾਂ ਦਾ, ਇੱਕ ਵਾਰੀ ਫੇਰ ਬਾਬਾ ਗੁਰਮੀਤ ਸਿੰਘ ਜੀ ਹੋਣਾ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਦਾ ਹੋਇਆ ਖਿਮਾ ਮੰਗਾ ਆਪ ਜੀ ਤੋਂ ਗੁਰੂ ਕੀ ਸੰਗਤ। ਬਸ ਯਾਦ ਰੱਖਿਆ ਜੇ, ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੇ, ਕਿਤੇ ਇਹ ਨਾ ਹੋਵੇ ਜਬ ਵੀ ਹਮ ਤੁਮਾਰੇ ਦੁਆਰ ਗਏ ਹੱਥੋਂ ਮੈਂ ਲੈ ਕੇ ਫੂਲ ਗਏ, ਬਾਕੀ ਬਾਤੇ ਯਾਦ ਰਹੀ ਪੈਗਾਮ ਤੁਮਾਰਾ ਭੁੱਲ ਗਏ। ਨਹੀਂ, ਅਸੀਂ ਪੈਗਾਮ ਯਾਦ ਰੱਖਣਾ, ਕੀ ਆਖਿਆ ਸੀ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ, ਜੋ ਪ੍ਰਭ ਕੋ ਮਿਲੀ ਹੋ ਚਾਹੇ ਖੋਜ ਸ਼ਬਦ ਮੈਂ। ਧੰਨਵਾਦ ਸਾਰੀਆਂ ਦਾ, ਸੰਗਤਾਂ ਦਾ। ਸੋ ਤੁਹਾਡੇ ਚਰਨਾਂ ਤੇ ਮਸਤਕ ਧਰ ਕੇ ਫਤਿਹ ਬੁਲਾਵਾਂ, ਪਿਆਰ ਦਾ ਸਬੂਤ ਦਿਆ ਜੇ ਗੁਰੂ ਕੀ ਸੰਗਤ, ਗੱਜ ਵੱਜ ਕੇ ਫਤਿਹ ਬੁਲਾਇਆ ਜੇ, ਤਾਂ ਕਿ ਪਤਾ ਲੱਗੇ ਇੱਥੇ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ। ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਦਰੋਂ ਹੋਵਨ ਪਾਤਸ਼ਾਹ ਭਾਈ, ਬਾਹਰੋਂ ਰਹਿਣ ਫਕੀਰ।